ਕਾਰਵਾਈ ਕੀਤੀ। ਮੇਰੇ ਪੁੱਤ ਨੂੰ 4 ਦਿਨ ਹੋ ਗਏ ਅੱਜ ਮੁੱਕੇ ਨੂੰ। ਪਰ ਥੱਲੇ ਆਣ ਕੇ ਕੀੜਾ ਮੁੱਕ ਜੇ ਉਹਦੀ ਟੈਨਸ਼ਨ ਲਈਦੀ, ਅਫਸੋਸ ਕਰੀਦਾ ਕਿਉਂ ਮੁੱਕ ਗਿਆ। 4 ਦਿਨ ਹੋ ਗਏ ਮੈਂ ਚੁੱਕਣ ਡਈ ਆ, ਕੋਈ ਸੁਣਵਾਈ ਨੀ ਆਈ ਮੇਰੇ ਪੁੱਤ ਦੀ। 15 ਸਾਲਾਂ ਦਾ ਮੇਰਾ ਪੁੱਤ ਹੀ ਉਹਨੇ ਗੋਲੀ ਮਾਰ ਕੇ ਸੁੱਟ ਜਿੱਦਣ ਕਤਲ ਹੋਇਆ ਉਦੋਂ ਰਾਤ ਨੂੰ ਧਰਨਾ ਕੋਟ ਲਾਇਆ, ਉਦੋਂ ਤੁਹਾਨੂੰ ਐਸ ਐਚ ਓ ਮੈਡਮ ਨੇ ਕੀ ਭਰੋਸਾ ਦਵਾਇਆ? ਚੁੱਕਿਆ ਸਾਨੂੰ ਭਰੋਸਾ ਦਵਾਇਆ ਕਿ ਉਹਨੇ ਫੜ ਕੇ ਲਏ ਹੋਣੇ, ਪਰ 4 ਦਿਨ ਹੋ ਗਏ ਕੋਈ ਇਹਨੇ ਕਾਰਵਾਈ ਨਹੀਂ ਕੀਤੀ ਜੀ। ਕੋਈ ਨਹੀਂ, ਵੇਖ ਲਓ ਉੱਦਾਂ ਹੀ ਧੱਕੇ ਠੋਰੇ ਖਾਂਦੇ ਫਿਰਦੇ। ਉੱਦਣ ਵੀ ਰਾਤ ਅਸੀਂ ਠੰਡ 'ਚ ਟਰਦੇ ਰਹੇ, ਅੱਜ ਵੀ ਅਸੀਂ ਠੰਡ 'ਚ ਟਰਦੇ ਹਾਂ, ਸਾਡਾ ਕੋਈ ਨਿਆਂ ਨਹੀਂ ਕੀਤਾ। ਜਿੱਦਣ ਤੁਹਾਡੇ ਉੱਥੇ ਬੇਟੇ ਨੂੰ ਗੋਲੀ ਵੱਜੀ ਆ ਸ਼ਗਨ ਵਾਲੇ ਦਿਨ, ਉਹ ਘਰ ਵਾਲਿਆਂ ਨੇ ਚੁੱਕ ਕੇ ਖੜਿਆ ਸੀ ਜਾਂ ਤੁਸੀਂ? ਮਤਲਬ ਕਿਸੇ ਨੇ ਨਹੀਂ ਕਰਿਆ ਜੀ, ਸਾਡੇ ਮੁੰਡੇ ਨੇ ਕਰਿਆ ਜੀ। ਅਮਰਕੋਟ ਧਰਨਾ ਦਿੱਤਾ ਰਾਤ ਸਾਰੀ, ਤੁਹਾਡੇ ਕੋਲ ਮੈਡਮ ਐਸ ਐਚ ਓ ਗਏ ਉੱਥੇ 2 ਵਜੇ ਦੇ ਕਰੀਬ ਗਏ। ਹਾਂ, ਫਿਰ ਉਦੋਂ ਮਤਲਬ ਤੁਹਾਨੂੰ ਭਰੋਸਾ ਦਵਾਇਆ, ਫਿਰ ਧਰਨਾ ਚੁੱਕਿਆ? ਹਾਂਜੀ। ਅੱਜ ਫਿਰ ਤੁਹਾਨੂੰ ਧਰਨਾ ਲਾਉਣਾ ਪਰਚਾ ਨਹੀਂ ਦਰਜ ਕਰਦੇ? ਅੱਛਾ, ਹਾਂਜੀ, ਐਵੇਂ ਲਾਸ਼ ਚੁੱਕਣ ਬਾਏ ਨਾਮ ਨਹੀਂ ਕਰਦੇ। ਹਾਂਜੀ, ਫਿਰ ਉਦਣ ਵੀ ਧੱਕੇ ਨਾਲ ਪਰਚਾ ਕਰਵਾਇਆ ਤੇ ਅੱਜ ਵੀ ਸਾਡੇ ਨਾਲ ਉਹੋ ਗੱਲ ਹੁੰਦੀ ਹੈ। ਉਹ ਧਰਨਾ ਆਪਣਾ ਕਿੰਨਾ ਚਿਰ ਚੱਲੂ ਇੱਥੇ? ਸ਼ਗਨ ਠਾਕਾ ਹੋਈ ਹੋ ਗਿਆ ਤੇ ਜਿਹਨੇ ਕਤਲ ਕੀਤਾ ਵੀ ਉਹਨਾਂ ਦਾ ਹੀ ਮੁੰਡਾ? ਉਹਨਾਂ ਦਾ ਹੀ। ਹਾਂਜੀ, ਘਰ ਵਾਲਿਆਂ ਨੂੰ ਪਤਾ ਹੋਊਗਾ ਕੌਣ ਹੈ ਜੀ। ਅਫਸੋਸ ਕਰੀਦਾ ਕਿਉਂ ਮੁੱਕ ਗਿਆ। 4 ਦਿਨ ਹੋ ਗਏ ਮੈਂ ਚੁੱਕਣ ਡਈ ਆ, ਕੋਈ ਸੁਣਵਾਈ ਨੀ ਹੋਈ ਮੇਰੇ ਪੁੱਤ ਦੀ। ਮੇਰੇ ਵੀਰ ਦੀ ਕੋਈ ਸੁਣਵਾਈ ਨੀ ਹੋਈ। 15 ਸਾਲਾਂ ਦਾ ਮੇਰਾ ਪੁੱਤ ਹੀ ਉਹਨੇ ਗੋਲੀ ਮਾਰ ਕੇ ਸੁੱਟ